ਸ਼ਹੀਦੀ ਦਿਹਾੜੇ ਮੌਕੇ ਠੰਡੇ ਮਿੱਠੇ ਜਲਦੀ ਸ਼ਹੀਦ ਲਗਾਈ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੰਦੀ ਸ੍ਰੀ ਅਕੰਧ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਹਰਪਾਲ ਸਿੰਘ, ਭਾਈ ਕਿਰਪਾ ਸਿੰਘ ਹਜ਼ੂਰੀ ਰਾਗੀ, ਭਾਈ ਬਲਵਿੰਦਰ ਸਿੰਘ ਕਥਾਵਾਚਕ ਨੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਹੈੱਡ ਗ੍ਰੰਥੀ ਭਾਈ ਹਰਪਜਨ ਸਿੰਘ ਨੇ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਮੈਨੇਜਰ ਭਾਈ ਸੁਖਵਿੰਦਰ ਸਿੰਘ ਵਸੀ ਨੇ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਕੀਤੇ ਜ਼ੁਲਮ ਦੀ ਦਾਸਤਾਂ ਬਿਆਨ ਕਰਦਿਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜ ਕੇ ਜੀਵਨ ਸਫਲਾ ਬਣਾਉਣ ਦੀ ਅਪੀਲ ਕੀਤੀ ਉਹਨਾਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਤੋਂ ਸਮੇਂ ਤੋਂ ਲੈ ਕੇ ਸਮੇਂ ਦੇ ਹਾਕਮਾਂ ਨੇ ਸਿੱਖ ਕੌਮ 'ਤੇ ਅਥਾ ਜ਼ੁਲਮ ਕੀਤੇ ਹਨ ਪਰੰਤੂ ਕੌਮ ਨੇ ਹਰ ਜ਼ਬਰਦਸਤ ਟਾਕਰਾ ਸਬਰ ਨਾਲ ਕੀਤਾ ਇਸ ਮੌਕੇ ਭਾਈ ਗੁਰੂ ਸੇਵਕ ਸਿੰਘ ਸਰਬੱਤ ਸਿੰਘ ਕੰਗ ਜਸਵਿੰਦਰ ਸਿੰਘ ਕਲੋਂ ਹਰਪ੍ਰੀਤ ਸਿੰਘ ਸੋਢੀ ਰੇਸ਼ਮ ਸਿੰਘ ਪੱਡਾ ਇੰਦਰਜੀਤ ਸਿੰਘ ਹੀਰਾ ਪੰਡਤ ਕੋਪੀ RAM ਤੇ ਹੋਰ ਹਾਜ਼ਰ ਸਨ ਇਸ ਸੰਬੰਧੀ ਨੌਜਵਾਨਾਂ ਦੇ ਸਹਿਯੋਗ ਨਾਲ ਸ਼ਹੀਦੀ ਦਿਹਾੜੇ ਸੰਬੰਧੀ ਠੰਡੇ ਜਲ ਲੱਸੀ ਦੀ ਸ਼ਬੀਲ ਅਤੇ ਸ਼ੋਲਿਆਂ ਦਾ ਪ੍ਰਸ਼ਾਦ ਵੀ ਵਰਤਾਇਆ ਗਿਆ